ਅੱਗੇ ਪਾਉਣ ਖੱਡੇ 'ਚ। ਬਸ ਨੂੰ ਟਰਾਲੀ ਆ ਗਈ ਹੈ, ਆਖਰੀ ਦਿਨ ਦੀ ਪਹਿਲੀ ਹੋਈ ਆ। 9 ਟਰਾਲੀਆਂ ਪਾ ਕੇ ਰਾਤੀ ਬੰਦ ਕਰਤਾ ਤਾ ਆਪਾਂ, ਕੰਮ ਹਨੇਰਾ ਹੋ ਗਿਆ ਤਾ। ਗੱਲਬਾਤ ਲਓ ਜੀ, 10ਵੀਂ ਟਰਾਲੀ ਖੱਡੇ ਦੇ ਵਿੱਚ ਬਹਿ ਗਈ ਅਤੇ ਮੈਨੂੰ ਲੱਗਦਾ ਬਈ ਅੱਜ ਇਹ ਸਾਡਾ ਕੰਮ ਜਿਹੜਾ ਕੰਪਲੀਟ ਕਰਾਂਗੇ, ਖੱਡਾ ਬੰਦ ਕਰ ਦੇਣਾ ਆਪਾਂ ਪਾ ਕੇ। ਦੇਖਦੇ ਹਾਂ, ਜੁੜੇ ਰਹੋ ਨਾਲ ਜੀ। ਮਸ਼ੀਨ ਦੇ ਨਾਲ ਪਤਾ ਦੇਖਦਾ ਗਿਆਰਵੀਂ ਟਰਾਲੀ ਹੈ ਜਿਹੜੀ ਉਹ ਭਰ ਕੇ ਚੱਲ ਗਈ। ਹੁਣ ਇਹ 12ਵੀਂ ਟਰਾਲੀ ਜਿਹੜੀ ਆਪਾਂ ਲਾਤੀ ਭਰਨੇ ਨੂੰ। ਬਸ ਮੈਨੂੰ ਇਹ ਲੱਗਦਾ ਵੀ ਥੋੜ੍ਹਾ ਹੀ ਰਹਿ ਗਿਆ ਮੋਰਾ, ਇੱਥੋਂ ਇੱਕ ਜਾਂ ਡੇਢ ਟਰਾਲੀ ਹੋਰ ਹੋ ਜਾਣੀ, ਇਸ ਤੋਂ ਬਾਅਦ ਬਸ ਫਿਰ ਉਹ ਆਪਣਾ ਆਖਰੀ ਹੋ ਜਾਣਾ। ਬੰਗਲੇ ਘੁੰਮ ਗਏ ਜੀ, ਪੰਛੀ ਨੂੰ ਬੰਗਲਾ ਕਹਿੰਦੇ ਆ ਅਤੇ ਕੱਲ੍ਹ ਨਾਲੋਂ ਬੰਦੇ ਘੱਟ ਆ, ਅੱਜ 8 ਬੰਦੇ ਆ, ਕਿਉਂਕਿ ਕੱਲ੍ਹ ਤਾਂ ਥੋੜ੍ਹੀ ਵਧਾਈ ਵੀ ਬਾਕੀ ਅਤੇ ਅੱਜ ਬਸ ਕੁਤਰਾ ਕੁਤਰਾ ਹੀ ਬਾਕੀ ਆ। ਚੱਲ ਰਿਹਾ ਜੀ ਕੰਮ ਪੂਰੇ ਜ਼ੋਰਾਂ ਪਰ, ਨਾਲ ਜੁੜੇ ਰਹੋ ਜੀ। ਅੱਜ ਬਸ 4 ਦਾ ਆਖਰੀ ਦਿਨ, ਕੱਲ੍ਹ ਜਿਹੜਾ ਆਪਾਂ 4 ਪਾਇਆ ਤਾਂ ਪੀਲੀ ਮੱਕੀ ਜਿਹੜੀ ਨੋਰਮਲ ਮੱਕੀ ਹੁੰਦੀ ਹੈ ਉਹ, ਅੱਜ ਵਾਲਾ ਜਿਹੜਾ ਇਹ ਖੇਤ ਖੜ੍ਹੇ ਆ ਇੱਥੇ ਦੇਖ ਸਕਦੇ ਹਾਂ ਤੁਸੀਂ, ਇਹ ਚਿੱਟਾ ਮੱਕ ਇੱਥੇ ਬੀਜਿਆ ਤਾ, ਟਾਈਮ ਸਿਰ ਜਿਹੜਾ ਮੀਂਹ ਆ ਉਹ ਨਹੀਂ ਪਿਆ ਤਾਂ ਕਰਕੇ ਇਹ ਦਾਣਾ ਇਹਦਾ ਪ੍ਰੋਪਰ ਪਲਿਆ ਨਹੀਂ, ਇਸ ਕਰਕੇ ਹੁਣ ਇਹਦਾ ਅਚਾਰ ਪਾਇਆ ਗਿਆ। ਅਤੇ ਕੰਪਨੀ ਵਾਲਿਆਂ ਨੇ ਅਗਰ ਇਹ ਸਹੀ ਤਰੀਕੇ ਨਾਲ ਪੜਦੇ ਤਾਂ 4000 ਕੁਇੰਟਲ ਨੂੰ ਇਹ ਵਿਕਣਾ ਸੀਗਾ, ਪਰ ਮੀਂਹ ਨਹੀਂ ਪਿਆ ਟਾਈਮ ਸਿਰ, ਨਾ ਹੀ ਇਹਦਾ ਫਿਰ ਦਾਣਾ ਜਿਹੜਾ ਉਹ ਪਲਿਆ ਇਸ ਵਾਰ ਕੇ, ਇਸ ਕਰਕੇ ਇਹਦਾ ਅਚਾਰ ਪਾਇਆ ਗਿਆ। ਇਹਦੇ ਟੰਡੇ 'ਚ ਵੀ ਬਾਕੀ ਦੂਜੇ ਟੰਡੇ ਨਾਲੋਂ ਜਿਹੜਾ ਚਿੱਟਾ ਮੱਕ ਹੈ ਉਹਦੇ ਨਾਲ ਤੱਕ ਜਿਹੜੇ ਪੋਸ਼ਟਿਕ ਤੱਕ ਹੈ ਉਹ ਜ਼ਿਆਦਾ ਹੁੰਦੇ ਪਸ਼ੂਆਂ ਨੂੰ, ਖਾਣ ਦੇ ਵਿੱਚ ਵਧੀਆ ਚਾਰਾ ਬਣਦਾ ਇਹਦਾ। ਇਹ ਚਿੱਟੇ ਮੱਕ ਦਾ ਚਾਰਾ ਜੀ, ਅੱਜ ਜਿਹੜਾ ਪਾਇਆ ਜਾ ਰਿਹਾ ਚਿੱਟੇ ਮੱਕ ਦਾ ਅਚਾਰ ਹੈ ਜੀ, ਇਹ ਹੁੰਦਾ ਜੀ ਚਿੱਟਾ ਮੱਕ, ਚਿੱਟੇ ਮੱਕ ਦਾ ਅਚਾਰ ਹੈ। ਸੈਕਿੰਡ ਲਾਸਟ ਤੇਰੀ ਕਰੀ ਆਈ ਚਲੋ ਕੋਈ ਅਡੀ ਹੋ ਜਾਂ ਪਤਾ ਲੱਗੀ ਵੀਰ ਸਟੇਸ਼ਨ ਦੇ ਕਿੱਥੇ ਤਾਂ ਨਹੀਂ ਕਰੀ ਗੰਮ ਨੇ ਤੇ ਸੈਕਿੰਡ ਲਾਸਟ ਹੈ ਹੋਰ ਕੀ ਆਣੀ ਤੇ ਉੱਥੇ ਦੇਖਾਂ ਕਿੰਨਾ ਗਾ ਚੱਕ ਦੱਸਦਾ ਕੋਣ ਤਾਂ ਨਹੀਂ ਖੜੀ ਦੋ ਵਾਰੀ ਬਣੀ ਗਈ ਜਿੰਨੇ ਤੱਕ ਇਹ ਖੱਡਾ ਮੈਂ ਪੋਲੋ ਚੁੱਕਿਆ ਦੇਖੋ ਬਟ ਤੋਂ ਪਿੱਛੇ ਭਟਕਾ ਜਮ੍ਹਾਂ ਹੋ ਚੁੱਕਿਆ ਪਤਾ ਲਈਓ ਕਾਨ ਹੋ ਜਾਂਦੀ
ਬਸ ਖਾਲੀ ਮੇਰੇ ਤੋਂ ਜਾਣ ਦੋ ਬਹੁਤ ਗੱਲ ਜਾਣ ਲੈ ਦਿੱਤੀ ਨਾ ਬਈ ਨਾ ਇੱਦਾਂ ਨਹੀਂ ਕਰਨਾ ਲੱਗੇ ਪਾਲੇ ਵਾਜ ਆਖਰੀ ਟਰਾਲੀ ਆ ਲਓ ਜੀ ਸਾਰਾ ਪੈ ਗਿਆ ਅਤੇ ਹੁਣ ਬਸ ਚਾਰੇ ਦੀ ਜਿਹੜੀ ਹੈ ਉੱਪਰ ਲਿਖਿਆ ਚਕਾਈ ਪੱਧਰਾ ਕੀਤਾ ਜਾਣਾ ਹੁਣ ਮੈਂ ਫਿਲਹਾਲ ਮਸ਼ੀਨ ਨਾਲ ਚੁੱਕਿਆ ਜਾ ਰਿਹਾ ਬਾਅਦ ਦੇ ਵਿੱਚ ਦੇਖਦੇ ਇਸ ਤੋਂ ਅਗਲੀ ਪੱਤੀ ਦੇ ਕਿਆ ਜੁੜੇ ਹੋਏ ਲਓ ਜੀ ਕੁਤਰੇ ਦੀ ਪੂਰੀ ਤਰ੍ਹਾਂ ਤਬਾਈ ਕਰਕੇ ਅਤੇ ਉੱਪਰੋਂ ਹਲਕੀ ਹਲਕੀ ਤੂੜੀ ਜਿਹੜੀ ਹੈ ਉਹ ਪਾ ਦੇਣੀ ਅਤੇ ਆ ਕਾਗਜ਼ ਨਾਪਣਾ ਸ਼ੁਰੂ ਕਰ ਦਿੱਤਾ ਕਾਗਜ਼ ਜਿਹੜਾ ਨਾਪਣਾ ਸ਼ੁਰੂ ਕਰ ਲਿਆ ਫਿਰ ਹੁਣ ਇਹ ਬੰਦ ਕਰਨ ਦੀ ਢੱਕਣ ਦੀ ਇਹਦੀ ਪ੍ਰਤੀਕਿਰਿਆ ਜਿਹੜੀ ਉਹ ਸ਼ੁਰੂ ਹੋ ਗਈ ਹੈ ਝਾੜ ਲੱਗੇ ਅਲਗੇ ਬਿਨ ਸਹੀ ਤਰੀਕੇ ਨਾਲ ਇੱਕਦਮ ਕਰਨਾ ਪੈਂਦਾ ਕਾਗਜ਼ ਦੀ ਹੋਲਡ ਇੱਕੋ ਸਾਈਡ ਲੈ ਜਾ ਲਓ ਦੇਖ ਸਕਦੇ ਹੋ ਜੀ ਤੁਸੀਂ ਕਾਗਜ਼ ਪਾ ਕੇ ਅਤੇ ਹੁਣ ਇਹਦੇ ਉੱਪਰ ਮਿੱਟੀ ਪਾਈ ਜਾਣੀ ਮਿੱਟੀ ਦੇ ਨਾਲ ਫਿਰ ਕਾਗਜ਼ ਨੂੰ ਦੱਬ ਦੇਣਾ ਕਾਗਜ਼ ਜਿਹੜਾ ਪੂਰੀ ਤਰੀਕੇ ਨਾਲ ਵਿਛਾ ਦਿੱਤਾ ਗਿਆ ਸ਼ੁਰੂ ਹੋ ਚੁੱਕਿਆ ਜੀ ਹੁਣ ਮਿੱਟੀ ਪਾਉਣ ਦਾ ਕੰਮ ਮਿੱਟੀ ਪਾ ਕੇ ਬਸ ਉਹਦੀ ਵਿਛਾਈ ਕਰਨੀ ਮਿੱਟੀ ਦੀ ਵਧੂ
ਲਗਭਗ ਅੱਧ ਦੇ ਵਿੱਚ ਪੁੱਜ ਗਿਆ ਅਤੇ 60x30 ਦਾ ਖੱਡਾ ਸੀ ਅਤੇ ਹੁਣ ਇਸ ਟਾਈਮ ਇਹਦੀ ਹਾਈਟ ਵੀ ਸਾਨੂੰ ਤੁਸੀਂ ਅਗਰ ਥੱਲੇ ਦੇਖਿਆ ਜਾਵੇ 6 ਫੁੱਟ ਹਾਈਟ ਹੋ ਗਈ 60x30 ਦਾ ਖੱਡਾ ਵਾ ਅਤੇ 6 ਫੁੱਟ ਹਾਈਟ 'ਚ ਜਿਹੜਾ ਉਹ ਪਿਆ ਚਾਰ 14 ਟਰਾਲੀਆਂ ਪੈ ਗਈਆਂ ਉਹਦੇ ਵਿੱਚ ਬਿੱਟ ਲਾ ਕੇ ਬੜੀਆਂ ਟਰਾਲੀਆਂ ਸੀ ਦੇਖਦੇ ਹਾਂ ਲਗਾਤਾਰ ਮਿੱਟੀ ਜਦੋਂ ਚਾਹੂੰਗੀ ਫਿਰ ਰੱਖ ਦੇਵਾਂਗੇ ਉੱਪਰ ਇੱਕ ਵਾਰ ਤੋਂ ਸਾਈਡ ਕੰਪਲੀਟ ਹੋ ਗਈ ਅੱਜ ਤੋਂ ਬਾਅਦ ਫਿਰ ਮਿੱਟੀ ਬੰਦ ਪਟਾ ਸਕਦਾ ਨਹੀਂ ਬੰਦੇ ਸਾਡੇ ਪੂਰੀ ਕਰੋ ਖੜੇ ਆਏ ਚਾਹ ਤੋਂ ਪਿਆਰ ਪੂਰੀ ਤਰ੍ਹਾਂ ਤੱਕ ਮੁਕੰਮਲ ਹੋ ਚੁੱਕਿਆ ਵਾ ਬਹੁਤ ਵਧੀਆ ਸਾਡੇ ਨੰਬਰਦਾਰ ਦੇ ਵਿੱਚ ਪਾਰਟੀ ਦੇ ਵਿੱਚ ਰਣਜੀਤ ਨੰਬਰਦਾਰ ਹੈ ਮਨੋਜ ਨੰਬਰਦਾਰ ਰਣਜੀਤ ਨੰਬਰਦਾਰ ਸਾਡਾ ਕੜਾ ਜੀ ਨੰਬਰਦਾਰ ਰਣਜੀਤ ਹੈ ਅਤੇ ਸਾਡਾ ਵੀ ਲੱਗੀ ਆ ਗਿਆ ਜੀ ਸੀ ਵੀਪਰੇਟਰ ਅਤੇ ਉਹ ਸਾਡਾ ਸਭ ਤੋਂ ਵੱਡਾ ਬੰਦਾ ਮਨੋਜ ਮੁੰਡੇ ਦੇ ਕਈ ਰਾਤੇ ਤੁਹਾਨੂੰ ਮੇਰੇ ਮਨੋਜ ਨੰਬਰਦਾਰ ਹੈ ਬਹੁਤ ਬਹੁਤ ਧੰਨਵਾਦ ਧੰਨਵਾਦ ਮਨੋਜ ਸਾਡਾ ਇਹ ਸਾਰਾ ਲੋਕ ਇੱਥੇ ਸਮਾਪਤ ਲਈ ਮਿਲ ਜਾਏ ਪੂਰੀ ਤਰ੍ਹਾਂ ਮੁਕੰਮਲ ਹੋ ਚੁੱਕਿਆ ਵਿਚਾਰ ਸਰ 9:30 ਦਾ ਡਾਕਟਰ ਅਤੇ ਹੁਣ 40 ਤੋਂ 50 ਮਿੰਟ ਕਰ ਰਹੇ ਪੰਜਾਹ ਦਿਨ ਬਾਅਦ ਪੂਰੀ ਤਰ੍ਹਾਂ ਤੱਕ ਮੁਕੰਮਲ ਹੋ ਚੁੱਕਿਆ ਵਾ ਬਹੁਤ ਵਧੀਆ ਸਹਿਯੋਗ ਸਾਡੇ ਬੰਦੇ ਹੱਥਾਂ ਦੇ ਵਿੱਚ ਸਾਡੇ ਨੰਬਰਦਾਰ ਇਸ ਪਾਰਟੀ ਵਿੱਚ ਰਣਜੀਤ ਨੰਬਰਦਾਰ ਹੈ ਮਨੋਜ ਨੰਬਰਦਾਰ ਰਣਜੀਤ ਨੰਬਰਦਾਰ ਸਾਡਾ ਖੜਾ ਜੀ ਨੰਬਰਦਾਰ ਰਣਜੀਤ ਹੈ ਅਤੇ ਸਾਡਾ ਵੀ ਲੱਗਿਆ ਗਿਆ ਜੀ ਸੀ ਵੀਪਰੇਟਰ ਅਤੇ ਸਾਡਾ ਸਭ ਤੋਂ ਵੱਡਾ ਬੰਦਾ ਮਨੋਜ ਮੁੰਡੇ ਦੇ ਕਈ ਰਾਤੇ ਤੁਹਾਨੂੰ ਮੇਰੇ ਮਨੋਜ ਨੰਬਰਦਾਰ ਹੈ ਬਹੁਤ ਬਹੁਤ ਧੰਨਵਾਦ ਧੰਨਵਾਦ ਮਨੋਜ ਸਾਡਾ ਇਹ ਸਾਰਾ ਲੋਕ ਇੱਥੇ ਸਮਾਪਤ ਲਈ ਮਿਲਦੇ ਹਾਂ।